ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਸਾਇੰਸ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਦਾ ਮੌਕ ਟੈਸਟ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਵੀਡੀਓ ਪੀ ਟ੍ਰਿਪਲ ਐਸ ਕਲਰਕ ਐਕਸਾਈਜ਼ ਅਤੇ ਟੈਕਸ ਇਨਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਕਿਉਂਕਿ ਸਾਰੇ ਹੀ ਕੁਐਸਚਨ ਅਲਗ-ਅਲਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟਡ ਨਹੀਂ ਇਸ ਕਰਕੇ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਇੱਕ ਵੀ ਕੁਐਸਚਨ ਨਾ ਮਿਸ ਕਰਨਾ ਕਿਉਂਕਿ ਇੱਕ-ਇੱਕ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਹਰ ਇੱਕ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਜੇਕਰ ਤੁਸੀਂ ਇੰਪੋਰਟੈਂਟ ਫੈਕਟ ਧਿਆਨ ਨਾਲ ਸੁਣ ਲੈਣੇ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਆਪਣੇ ਆਪ ਅਟੈਂਪਟ ਕਰੋਗੇ ਹਰ ਇੱਕ ਕੁਐਸਚਨ ਨੂੰ ਤਾਂ ਹਾਂਜੀ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੀਅਰ ਜਰੂਰ ਕਰ ਦੇਣਾ ਕੁਐਸ਼ਨ ਨੰਬਰ 1 ਤੇਜ਼ਾਬੀ ਘੋਲ ਦਾ ਪੀ ਐਚ ਮਾਣ ਕਿੰਨਾ ਹੁੰਦਾ ਹੈ ਹਾਂਜੀ ਤੇਜ਼ਾਬੀ ਤੇਜ਼ਾਬੀ ਘੋਲ ਦਾ ਪੀ ਐਚ ਮਾਣ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੇਖੋ ਪੀ ਐਚ ਸਕੇਲ ਬਾਰੇ ਪਤਾ ਹੋਣਾ ਜ਼ਰੂਰੀ ਹੈ ਕਿ ਕਿਸੇ ਵੀ ਘੋਲ ਦੇ ਵਿੱਚ ਜਦੋਂ ਮੌਜੂਦ ਹਾਈਡਰੋਜਨ ਆਇਨ ਦੀ ਸਾंद्रਤਾ ਪਤਾ ਕਰਨ ਦੇ ਲਈ ਕੋਈ ਸਕੇਲ ਵਰਤਿਆ ਜਾਂਦਾ ਤਾਂ ਉਹੀ ਸਕੇਲ ਨੂੰ ਪੀ ਐਚ ਸਕੇਲ ਕਹਿੰਦੇ ਆ ਠੀਕ ਹੈ ਤੇ ਉਹਦੇ ਵਿੱਚ ਕੀ ਹੈ ਕਿ ਜੇਕਰ ਉਹਦਾ ਮਾਣ 7 ਤੋਂ ਘੱਟ ਹੋਵੇ ਤਾਂ ਤੇਜ਼ਾਬੀ ਹੁੰਦਾ ਠੀਕ ਹੈ ਜੇਕਰ ਪੀ ਐਚ ਸਕੇਲ ਦਾ ਵਿੱਚ ਪੀ ਐਚ ਸਕੇਲ ਵਿੱਚ ਘੋਲ ਦਾ ਮਾਣ 7 ਤੋਂ ਘੱਟ ਹੋਵੇ ਤਾਂ ਇਹਦਾ ਮਤਲਬ ਕੀ ਆ ਉਹ ਘੋਲ ਤੇਜ਼ਾਬੀ ਆ ਤੇ ਫਿਰ ਇਹਦੇ ਵਿੱਚ ਤੁਹਾਡੀ ਆਪਸ਼ਨ ਕੀ ਰਾਈਟ ਹੋਵੇਗੀ ਕਿ ਪੀ ਤਾਂ ਇਸ ਵਿੱਚ ਤੁਹਾਡੀ ਆਪਸ਼ਨ ਰਾਈਟ ਹੋਵੇਗੀ ਆਪਸ਼ਨ ਨੰਬਰ ਬੀ ਪੀ ਐਚ ਲੈਸ ਦੈਨ 7 ਕਿ ਤੇਜ਼ਾਬੀ ਘੋਲ ਦਾ ਜਿਹੜਾ ਪੀ ਐਚ ਮਾਣ ਆ ਉਹ ਲੈਸ ਥੈਨ 7 ਹੁੰਦਾ ਵਾ ਮਤਲਬ ਕਿ 7 ਤੋਂ ਘੱਟ ਹੁੰਦਾ ਏ ਠੀਕ ਹੈ ਹਾਂਜੀ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਉਦਾਸੀਨ ਘੋਲ ਦਾ ਪੀ ਐਚ ਮਾਣ ਕਿੰਨਾ ਹੁੰਦਾ ਹੈ ਤਾਂ ਉਦਾਸੀਨ ਘੋਲ ਦਾ ਪੀ ਐਚ ਮਾਣ ਕਿੰਨਾ ਹੋਵੇਗਾ 7 ਹੋਵੇਗਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਪੀ ਐਚ ਸਕੇਲ ਕਦੋਂ ਪ੍ਰਦਾਨ ਹੋਈ ਸੀ ਹਾਂਜੀ ਪੀ ਐਚ ਸਕੇਲ ਸਾਨੂੰ 1909 ਦੇ ਵਿੱਚ ਪ੍ਰਦਾਨ ਕੀਤੀ ਗਈ ਸੀ ਤੇ ਕਿੰਨਾ ਦੁਆਰਾ ਕੀਤੀ ਗਈ ਸੀ ਰਸਾਇਣ ਵਿਗਿਆਨੀ ਸੋਰੇਨਸਨ ਦੁਆਰਾ ਪ੍ਰਦਾਨ ਕੀਤੀ ਗਈ ਸੀ ਤੇ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਕਿ ਤਾਜ਼ੇ ਦੁੱਧ ਦੀ ਪੀ ਐਚ ਮਾਣ ਕਿੰਨੀ ਹੁੰਦੀ ਆ ਤਾਜ਼ੇ ਦੁੱਧ ਦੀ ਪੀ ਐਚ ਮਾਣ 6 ਹੁੰਦੀ ਆ ਠੀਕ ਹੈ 6 ਮਤਲਬ 6 ਹੁੰਦੀ ਆ ਠੀਕ ਹੈ ਜੀ ਤੇ ਕਿਹੜੀ ਹੁੰਦੀ ਹੈ ਜਦੋਂ 7 ਤੋਂ ਘੱਟ ਹੋਵੇ ਤਾਂ ਕਿਹੜੀ ਹੁੰਦੀ ਹੈ ਤੇਜ਼ਾਬੀ ਹੁੰਦੀ ਹੈ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਤੇ ਜੇਕਰ 7 ਤੋਂ ਵੱਧ ਹੋਵੇ ਤਾਂ ਖਾਰੀ ਹੁੰਦੀ ਹੈ ਜੇਕਰ 7 ਹੋਵੇ ਤਾਂ ਉਦਾਸੀਨ ਹੁੰਦੀ ਹੈ ਇਹ ਵੀ ਤੁਸੀਂ ਯਾਦ ਰੱਖਣਾ ਹਾਂਜੀ ਤਾਜ਼ਾ ਦੁੱਧ ਜਦੋਂ ਦਹੀਂ ਦੇ ਵਿੱਚ ਬਦਲ ਜਾਂਦਾ ਤਾਂ ਇਹਦੀ ਪੀ ਐਚ ਮਾਣ ਹੋਰ ਵੀ ਘੱਟ ਹੁੰਦੀ ਹੈ ਠੀਕ ਹੈ ਕਿੰਨੀ ਰਹਿ ਜਾਂਦੀ ਹੈ ਫਿਰ 2.something ਕੁਛ ਇਦਾਂ ਰਹਿ ਜਾਂਦੀ ਹੈ ਠੀਕ ਹੈ ਜੀ ਹਜੇ ਕਨਫਰਮ ਨਹੀਂ ਹੈ ਮੈਂ ਤੁਹਾਨੂੰ ਦੱਸ ਦਵਾਂਗੀ ਨੈਕਸਟ ਵੀਡੀਓ ਦੇ ਵਿੱਚ ਇਸ ਤੋਂ ਇਲਾਵਾ ਨਿੰਬੂ ਦੇ ਰਸ ਦਾ ਪੀ ਐਚ ਮਾਣ 2.2 ਹੁੰਦਾ ਏ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਹਾਂਜੀ ਹੁਣ ਦੇਖੋ ਸਭ ਤੋਂ ਪਹਿਲਾਂ ਮਨੁੱਖ ਦੇ ਖੂਨ ਦਾ ਪੀ ਐਚ ਮਾਣ ਕਿੰਨਾ ਹੁੰਦਾ ਹੈ ਇਹ ਕੁਐਸਚਨ ਜਿਆਦਾ ਇੰਪੋਰਟੈਂਟ ਬਣ ਸਕਦਾ ਤੁਹਾਡੇ ਲਈ ਮਨੁੱਖ ਦੇ ਖੂਨ ਦਾ ਪੀ ਐਚ ਮਾਣ ਜਿਹੜਾ 7.4 ਹੁੰਦਾ 7.4 ਦਾ ਮਤਲਬ 7.4 ਦਾ ਮਤਲਬ ਕੀ ਆ ਹੁਣ ਉਹ 7 ਤੋਂ ਵੱਧ ਗਿਆ ਮਤਲਬ ਖਾਰੀ ਹੋ ਗਿਆ ਠੀਕ ਹੈ ਇਸ ਤੋਂ ਇਲਾਵਾ ਹਾਂਜੀ ਤੁਹਾਨੂੰ ਕੁਐਸ਼ਨ ਇਹ ਵੀ ਆ ਸਕਦਾ ਕਿ ਪਾਣੀ ਦਾ ਪੀ ਐਚ ਮਾਣ ਕਿੰਨਾ ਹੁੰਦਾ ਹੈ ਪਾਣੀ ਦਾ ਪੀ ਐਚ ਮਾਣ 7 ਹੀ ਹੁੰਦਾ ਹੈ ਜਦੋਂ 7 ਆ ਜੇ ਤਾਂ ਇਹਦਾ ਮਤਲਬ ਕੀ ਹੈ ਉਹ ਉਦਾਸੀਨ ਹੋਵੇਗਾ ਹਾਂਜੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਉਦਾਸੀਨ ਪੀ ਐਚ ਘੋਲ ਦਾ ਮਾਣ ਹੁੰਦਾ ਹੈ ਹਾਂਜੀ ਉਦਾਸੀਨ ਪੀ ਐਚ ਘੋਲ ਦਾ ਕਿੰਨਾ ਮਾਣ ਹੁੰਦਾ ਹੈ ਤੇ ਇਸ ਕੁਐਸ਼ਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਆਪ ਹੀ ਅਟੈਂਪਟ ਕਰੋਗੇ ਆਪਸ਼ਨ ਨੰਬਰ ਏ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ 7 ਉਦਾਸੀਨ पीएच ਘੋਲ ਦਾ ਮਾਣ 7 ਹੁੰਦਾ ਹੈ ਨੈਕਸਟ ਹੈ ਜੀ ਐਨ اے ਸੀ اے 3 ਦਾ ਪਰਚਲਿਤ ਨਾਮ ਕੀ ਹੈ ਹਾਂਜੀ ਐਨ اے 2 सी ए 3 ਦਾ ਪਰਚਲਿਤ ਨਾਮ ਕੀ ਹੈ ਜੀ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਵਾਸ਼ਿੰਗ ਸੋਡਾ ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਹਾਂਜੀ ਐਸਿਡ ਨਾਲ ਖਾਰ ਦੀ ਕਿਰਿਆ ਦੇ ਫਲਰਸ਼ ਰੂਪ ਲੂਨ ਅਤੇ ਜਲ ਪ੍ਰਾਪਤ ਹੁੰਦੇ ਆ ਇਸ ਕਿਰਿਆ ਨੂੰ ਕੀ ਆਖਦੇ ਆ ਹਾਂਜੀ ਜਦੋਂ ਤੇਜ਼ਾਬ ਅਤੇ ਖਾਰ ਦੇ ਵਿੱਚ ਕਿਰਿਆ ਹੁੰਦੀ ਆ ਤਾਂ ਸਾਨੂੰ ਲੂਨ ਅਤੇ ਪਾਣੀ ਮਿਲਦਾ ਵਾ ਜਾਂ ਫਿਰ ਕਹਿ ਸਕਦੇ ਆ ਲੂਨ ਅਤੇ ਪਾਣੀ ਬਣਦਾ ਏ ਤਾਂ ਉਸ ਕਿਰਿਆ ਨੂੰ ਹੀ ਉਦਾਸੀਨੀਕਰਨ ਕਿਹਾ ਜਾਂਦਾ ਏ ਤੇ ਇੱਥੇ ਇਹਦਾ मीनिंग ਇਹੀ ਹੈ ਆਪਸ਼ਨ ਨੰਬਰ ਏ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਹੈ ਜੀ ਡਾਕਟਰ ਟੁੱਟੀ ਹੋਈ ਹੱਡੀ ਨੂੰ ਸਹੀ ਜਗ੍ਹਾ ਤੇ ਸਥਿਰ ਕਰਨ ਲਈ ਕਿਸ ਦੀ ਵਰਤੋਂ ਕਰਦੇ ਆ ਹਾਂਜੀ ਜਦੋਂ ਡਾਕਟਰ ਤੁਸੀਂ ਆਮ ਵੀ ਸੁਣਿਆ ਹੋਣਾ ਜਦੋਂ ਡਾਕਟਰ ਕੋਈ ਹੱਡੀ ਵਗੈਰਾ ਟੁੱਟੇ ਜਾਂਦੀ ਹੈ ਤਾਂ ਉਸ ਨੂੰ ਸਥਿਰ ਕਰਨ ਦੇ ਲਈ ਕੀ ਕਰਦੇ ਆ ਸਹੀ ਜਗ੍ਹਾ ਤੇ ਪਲਸਤਰ ਕਰਦੇ ਆ ਤਾਂ ਸੇਮ ਇਥੇ ਇਸ ਦਾ ਆਨਸਰ ਹੋ ਜਾਵੇਗਾ ਪਲਸਤਰ ਆਫ ਪੈਰਿਸ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਹਾਂਜੀ ਨੈਕਸਟ ਕੁਐਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਖਾਰ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਖਾਰ ਕਿਹੜਾ ਨਹੀਂਗਾ ਤਾਂ ਇਹਨਾਂ ਦੇ ਵਿੱਚੋਂ ਖਾਰ ਨਹੀਂ ਹੈ C2H2OH ਆਪਸ਼ਨ ਨੰਬਰ ਡੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਹਾਂਜੀ ਦੰਦ ਸਾਫ ਕਰਨ ਲਈ ਆਮ ਤੌਰ ਤੇ ਟੂਥ ਪੇਸਟ ਦੀ ਪ੍ਰਕਿਰਤੀ ਹੁੰਦੀ ਹੈ ਹਾਂਜੀ ਕੀ ਹੁੰਦੀ ਹੈ ਉਦਾਸੀਨ ਹੁੰਦੀ ਹੈ ਤੇਜ਼ਾਬੀ ਹੁੰਦੀ ਹੈ ਜਾਂ ਖਾਰੀ ਹੁੰਦੀ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਖਾਰੀ ਟੂਥ ਪੇਸਟ ਹੈ ਜੋ ਉਹ ਖਾਰੀ ਹੁੰਦਾ ਹੈ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਸਧਾਰਨ ਅਵਸਥਾ ਵਿੱਚ ਦਰਵ ਅਵਸਥਾ ਵਿੱਚ ਮਿਲਣ ਵਾਲੀ ਅ ਤੱਤੂ ਹੈ ਹਾਂਜੀ ਸਧਾਰਨ ਅਵਸਥਾ ਵਿੱਚ ਦਰਵ ਵਸਥਾ ਦੇ ਵਿੱਚ ਮਿਲਣ ਵਾਲੀ ਅ ਤਤੂ ਦਾ ਨਾਮ ਆ ਬ੍ਰੋਮੀਨ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਠੀਕ ਹੈ ਜੀ ਬ੍ਰੋਮੀਨ ਹਾਂਜੀ ਬ੍ਰੋਮੀਨ ਇਸ ਸਧਾਰਨ ਤਾਪਮਣ ਤੇ ਤਰਲ ਅਵਸਥਾ ਦੇ ਵਿੱਚ ਮਿਲਦੀ ਆ ਠੀਕ ਹੈ ਜੀ ਨੈਕਸਟ ਕੁਐਸ਼ਨ ਐਮ ਐਮ ਫੋਰ ਟੈਰਿਕ ਆਕਸਾਈਡ ਕੀ ਹੈ ਹਾਂਜੀ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਰਸਾਇਣਿਕ ਨਾਮ ਕੀ ਆ ਐਮ 4 ਐਮ ਫੋਰ ਟੈਰਿਕ ਆਕਸਾਈਡ ਦਾ ਰਸਾਇਣਿਕ ਨਾਮ ਕੀ ਹੈ ਤੇ ਇਸ ਦਾ ਨਾਮ ਹੈ ਜੀ ZnO ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਕਰਦੇ ਹਾਂ ਜੀ ਤਾਂਤਾਂ ਨੂੰ ਕੱਟ ਕੇ ਪਤਲੀ ਚਾਦਰ ਵਿੱਚ ਬਦਲਿਆ ਜਾਂਦਾ ਹੈ ਤੇ ਤਾਂਤਾਂ ਦਾ ਇਹ ਗੁਣ ਕੀ ਅਖਾਉਂਦਾ ਹੈ ਹਾਂਜੀ ਜਦੋਂ ਧਾਤਾਂ ਨੂੰ ਕਟ ਕੇ ਪਤਲੀ ਚਾਦਰ ਦੇ ਵਿੱਚ ਬਦਲਿਆ ਜਾਂਦਾ ਹੈ ਤਾਂ ਧਾਤਾਂ ਦਾ ਇਹ ਗੁਣ ਕੂਟੀਨ ਸੀਲਤਾ ਖਵਾਉਂਦਾ ਹੈ অপਸ਼ਨ ਨੰਬਰ A ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਕਿਰਿਆਸ਼ੀਲਤਾ ਲੜੀ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ ਹਾਂਜੀ ਕਿਰਿਆਸ਼ੀਲ ਲੜੀ ਦੇ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਧਾਤ ਹੈ ਕਿ অপਸ਼ਨ ਨੰਬਰ D ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ हां जी नेक्स्ट क्वेश्चन है कि कॉपर ਨੂੰ ਖੁੱਲਾ ਛੱਡਣ ਨਾਲ ਉਸ ਉੱਤੇ ਹਰੇ ਰੰਗ ਦੀ ਪਰਤ ਜੰਮ ਜਾਂਦੀ ਆ ਇਸ ਦਾ ਕਾਰਨ ਕੀ ਆ हां जी कॉपर ਨੂੰ ਜਦੋਂ ਤੁਸੀਂ ਖੁੱਲਾ ਛੱਡਦੇ ਹੋ ਤਾਂ ਤੁਸੀਂ ਵੀ ਦੇਖਿਆ ਹੋਣਾ ਤਾਂ ਉਸ ਦੇ ਉੱਪਰ ਹਰੇ ਰੰਗ ਦੀ ਪਰਤ ਜੰਮ ਜਾਂਦੀ ਹੈ ਤਾਂ ਉਸ ਦਾ ਕਾਰਨ ਕੀ ਹੁੰਦਾ ਵਾ हां जी ਜਿਹੜੇ ਵੀ ਸਟੂਡੈਂਟਸ ਨੂੰ ਪਤਾ हां जी ਉਸ ਦਾ ਕਾਰਨ ਹੁੰਦਾ CuCO3 नेक्स्ट क्वेश्चन ਗੈਲਵਨੀਕਰਨ ਸਮੇ ਕਿਸ ਤਰ੍ਹਾਂ ਦੀ ਪਰਤ ਚੜਾਈ ਜਾਂਦੀ ਹੈ ਹਾਂਜੀ ਗੈਲਵਨੀਕਰਨ ਸਮੇ ਜੋ ਪਰਤ ਚੜਾਈ ਜਾਂਦੀ ਹੈ ਉਹ ਜਿਸਤ ਦੀ ਚੜਾਈ ਜਾਂਦੀ ਹੈ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ